ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ ਪੰਜਾਬ ਦੇ ਵਿੱਚ 31 ਘੰਟੇ ਲਗਾਤਾਰ ਬਿਜਲੀ ਬੰਦ ਕਰਨ ਬਾਰੇ ਹੋਇਆ ਤਾਜ਼ਾ ਵੱਡਾ ਐਲਾਨ ਤਾਜ਼ਾ ਵੱਡੀ ਖਬਰ ਆ ਦੋਸਤੋ ਇਸ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪੰਜਾਬ ਦੇ ਵਿੱਚ 31 ਘੰਟੇ ਬਿਜਲੀ ਬੰਦ ਕਰਨ ਦੇ ਬਾਰੇ ਵੱਡਾ ਐਲਾਨ ਹੋਇਆ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਕਈ ਪ੍ਰੋਜੈਕਟ ਉਸਾਰੀ ਦੇ ਅਧੀਨ ਹਨ ਜਿਸ ਕਾਰਨ ਪਾਵਰ ਨਿਗਮ ਦੇ ਵੱਲੋਂ ਬਿਜਲੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਫੋਕਲ ਪੁਆਇੰਟ ਦੇ ਵਿੱਚ ਨਵਾਂ ਸਬਸਟੇਸ਼ਨ ਫੋਕਲ ਪੁਆਇੰਟ 2 ਬਣਾਇਆ ਜਾ ਰਿਹਾ ਜਿਸ ਦੀ ਤਿਆਰੀ ਨੂੰ ਧਿਆਨ ਵਿੱਚ ਰੱਖਦੇ ਹੋਏ 1 ਮਹੀਨੇ ਦੇ ਅੰਦਰ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਇੰਡਸਟਰੀ ਦੇ ਵਿੱਚ ਬਿਜਲੀ ਦੀ ਸਪਲਾਈ ਠੱਪ ਰੱਖੀ ਜਾਵੇਗੀ ਇਸ ਬਾਰੇ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ ਜਾਵੇਗੀ। ਸਾਹਮਣੇ ਆਈ ਖਬਰ ਦੇ ਅਨੁਸਾਰ 19 April ਸ਼ਾਮ 7 ਵਜੇ ਤੱਕ ਦੋਸਤੋ 17 April ਤੋਂ ਲੈ ਕੇ 19 April ਸ਼ਾਮ 7 ਵਜੇ ਤੱਕ 31 ਘੰਟੇ ਦੇ ਲਈ ਬਿਜਲੀ ਸਪਲਾਈ ਵਿਭਾਗ ਦੇ ਵੱਲੋਂ ਬੰਦ ਰੱਖੀ ਜਾਵੇਗੀ। ਇਸ ਦੇ ਕਾਰਨ ਉਕਤ ਸਬਸਟੇਸ਼ਨ ਅਧੀਨ ਪੈਂਦੇ 11 KV ਫੀਡਰ DIC 12 फोकल पॉइंट 12 वाटर सप्लाई ट्रांसपोर्ट नगर गदईपुर कनाल 12 BSNL इंडस्ट्रियल 1.3 ਤੇ ਵਿਸ਼ਵ ਮੰਦਰ ਸ਼ਿਵ ਮੰਦਰ ਫਜ਼ਲਪੁਰ ਰੰਦਾਵਾ ਮਸੰਦਾ ਅਧੀਨ ਪੈਂਦੇ ਇਲਾਕੇ ਸੈਣੀ ਕਲੋਨੀ ਉੱਤਮ ਬਾਬਾ ਵਿਸ਼ਕਰਮਾ ਜਗਦੰਬੇ ਨਿਊ ਲక్ష్ਮੀ ਨਿਊ ਫੋਕਲ ਪੁਆਇੰਟ ਗਦਈਪੁਰ ਮਾਰਕੀਟ ਸਵਰਨਪਾਰਕ ਦਾਦਾ ਕਲੋਨੀ ਸਾਈਪੁਰ ਫੋਕਲ ਪੁਆਇੰਟ ਸੰਜੇਨਗਰ ਆਧੇ ਇਲਾਕੇ ਪ੍ਰਭਾਵਿਤ ਹੋਣਗੇ ਪਾਵਰ ਨਿਗਮ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਲੜੀ ਦੇ ਵਿੱਚ ਸ਼ੁੱਕਰਵਾਰ ਰਾਤ ਤੋਂ ਐਤਵਾਰ ਸ਼ਾਮ 7 ਵਜੇ ਤੱਕ ਰਾਹਤ ਦਿੱਤੀ ਗਈ ਹੈ ਇਸ ਦੌਰਾਨ ਇਨ੍ਹਾਂ ਇਲਾਕਿਆਂ ਦੇ ਵਿੱਚ ਇੰਡਸਟਰੀਅਲ ਚਲਾਉਣ ਦੇ ਲਈ ਛੁੱਟ ਇੰਡਸਟਰੀ ਨੂੰ ਚਲਾਉਣ ਦੇ ਲਈ ਛੁੱਟ ਦਿੱਤੀ ਗਈ ਹੈ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਨਾਲ ਬਹੁਤ ਸਾਰੇ ਕਾਰੋਬਾਰਾਂ ਦੇ ਉੱਪਰ ਵੀ ਮਾੜਾ ਅਸਰ ਪੈ ਰਿਹਾ ਹੈ